ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਕੁਰਬਾਨੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ 5 15 ਤੇ ਇਹ ਕੰਮ ਕਰ ਲਵੋ ਘਰ ਮਾਇਆ ਆ 파 ਕੇ ਬੈਠ ਜਾਵੇਗੀ ਜਿਸ ਘਰ ਵਿੱਚ 5 15 ਤੇ ਸਾਰੇ ਘਰ ਦੇ ਦਰਵਾਜ਼ੇ ਖੁੱਲ੍ਹ ਦਿੱਤੇ ਜਾਂਦੇ ਨੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਘਰ ਦੇ ਅੰਦਰ ਆਉਂਦੀਆਂ ਨੇ ਉੱਥੇ ਕਦੇ ਵੀ ਔਲਾਦ ਨੂੰ ਬੋਲਣ ਤੇ ਸੁਣਨ ਵਿੱਚ ਦਿੱਕਤ ਨਹੀਂ ਆਉਂਦੀ ਜਦੋਂ ਵੀ ਸਵੇਰੇ ਉੱਠੋ ਆਪਣੇ ਘਰ ਦੀਆਂ ਬਾਰੀਆਂ ਖੋਲ ਦੋ ਦਰਦੇ ਪਾਸੇ ਕਰ ਦਵੋ ਉਸ ਸਮੇਂ ਘਰ ਵਿੱਚ ਤੂਫ਼ਨ ਤੇ ਜੋਤ ਜ਼ਰੂਰ ਲਾਓ ਇਸ਼ਨਾਨ ਕਰਕੇ 1 ਮਿੰਟ ਦੀ ਅਰਦਾਸ ਜ਼ਰੂਰ ਕਰੋ ਕਈ ਗ੍ਰੰਥਾਂ ਤੇ ਧਰਮਾਂ ਦਾ ਮੰਨਣਾ ਹੈ ਕਿ ਜਿਸ ਘਰ ਸਵੇਰੇ ਸ਼ਾਮ ਜੋਤ ਲਾਈ ਜਾਂਦੀ ਹੈ ਉਸ ਘਰ ਕਦੇ ਵੀ ਕੋਈ ਛੋਟੀ ਉਮਰ ਵਿੱਚ ਅਕਾਲ ਚਲਾਣੇ ਨਹੀਂ ਕਰਦਾ ਸਭ ਨੂੰ ਰੱਬ ਲੰਮੀ ਉਮਰ ਬਖਸ਼ਦੇ ਨੇ ਉਹ ਇਹ ਵੀ ਮੰਨਦੇ ਨੇ ਕਿ ਜੋ ਵੀ 5-15 ਤੱਕ ਸਮੇਂ ਤੇ ਆਪਣੇ ਘਰ ਦੇ ਬੂਹੇ ਖੋਲ ਰੱਖਦਾ ਉਥੇ ਮਾਇਆ ਦੇ ਫਿਰ ਆਪੇ ਜਿਉ ਢੇਰ ਲੱਗ ਜਾਂਦੀ ਨੇ ਮਾਇਆ ਉਸਕਰ ਆਪਣਾ ਵਾਸ ਕਰਦੀ ਉਹ ਕਦੇ ਵੀ ਨਹੀਂ ਜਾਂਦੀ ਉਸਕਰ ਕਦੇ ਵੀ ਗਰੀਬੀ ਨਹੀਂ ਆਉਂਦੀ ਉਹ ਕਹਿੰਦੇ ਨੇ ਜਿਸਕਰ ਸੂਰਜ ਦੀਆਂ ਕਿਰਨਾਂ ਰੋਸ਼ਨੀ ਆਉਂਦੀ ਹੈ ਨਾ ਉਥੇ ਕਿਸੇ ਤਰ੍ਹਾਂ ਦੀ ਬਿਮਾਰੀਆਂ ਦਾ ਕੋਈ ਸ਼ਿਕਾਰ ਨਹੀਂ ਹੁੰਦਾ ਜਦੋਂ ਵੀ ਉਹ ਕਹਿੰਦੇ ਸਮਾਂ ਮਿਲੇ ਹਫ਼ਤੇ ਵਿੱਚ ਇੱਕ ਵਾਰ ਪਿੱਪਲ ਦੇ ਰੁੱਖ ਦਾ ਪੱਤਾ ਪੱਤਾ ਲੈ ਕੇ ਉਹਨੂੰ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮਲੋ ਰਗੜੀ ਜਾਓ ਘੱਟ ਤੋਂ ਘੱਟ 15 ਮਿੰਟ ਤੇ ਪਿੱਪਲ ਦੀ ਹੀ ਦਾਤਨ ਕਰੋ ਇਹ ਨਾਲ ਦੰਦ ਮਜ਼ਬੂਤ ਹੁੰਦੇ ਨੇ ਜਦੋਂ ਹੱਥਾਂ ਚ ਲਾ ਘੜਦੇ ਆ ਤੇ ਇਹ ਨਾਲ ਸਰੀਰ ਨੂੰ ਮਜ਼ਬੂਤੀ ਮਿਲਦੀ ਜੇ ਕੋਈ ਰੋਜ਼ ਇੱਕ ਪਤਾਆਂ ਕੁਝ ਪੱਤੇ ਦਾ ਹਿੱਸਾ ਖਾਂਦਾ ਤਾਂ ਇਸ ਨਾਲ ਤਣਾਅ ਚਿੰਤਾ ਡਿਪਰੈਸ਼ਨ ਇਹ ਘਟਦਾ ਤੇ ਵੱਡੀ ਉਮਰ ਦਾ ਅਸਰ ਵੀ ਘਟਦਾ ਇਸ ਵਿੱਚ ਐਂਟੀਬਾਇਓਟਿਕਸਾਈਡ ਹੁੰਦੇ ਨੇ ਜੋ ਆਪਣੇ ਸਰੀਰ ਨੂੰ ਠੀਕ ਰੱਖਦੇ ਨੇ ਇਹਦੇ ਉੱਤੇ ਜੋ ਪਰਤ ਜੀ ਆ ਜਾਂਦੀਆਂ ਜਿਹਨੂੰ ਛਿਲ ਜੀ ਆਉਂਦੇ ਨੇ ਉੱਤੇ ਉਹਦੀ ਆੜੀ ਦੇਖਦੀ ਉਹਦਾ ਲੇਪ ਕਰ ਆਪਣੇ ਮੂੰਹ ਤੇ ਕਰਨ ਨਾਲ ਰੰਗ ਸਾਫ਼ ਹੁੰਦਾ ਹੈ ਉਮਦੇ ਚੁਰੜੀਆਂ ਨਹੀਂ ਪੈਂਦੀਆਂ ਜਿਨ੍ਹਾਂ ਦੀਆਂ ਅੱਡੀਆਂ ਫਟੀਆਂ ਰਹਿੰਦੀਆਂ ਨੇ ਉਹ ਪੱਤਾ ਤੋੜ ਕੇ ਉੱਥੇ ਜੋ ਦੁੱਧ ਨਿਕਲਦਾ ਹੈ ਨਾ ਉਹ ਅੱਡੀਆਂ ਤਲਾਓ ਉਹ ਸਾਫ਼ ਹੋ ਜਾਂਦੇ ਐਵੇਂ ਕਰਨ ਨਾਲ ਕਈ ਤਰ੍ਹਾਂ ਦੇ ਰੋਗ ਵੀ ਦੂਰ ਹੋ ਜਾਂਦੇ